वेलकम टू सादा कैंपस। मैं आज आसमिन भट्टी ते आज मैं थानू लेके आई हां गवर्नमेंट कॉलेज ऑफ फिजिकल एजुकेशन पटियाला। पटियाला इज नोन एज द स्पोर्ट्स कैपिटल ऑफ इंडिया क्योंकि इत्थे एशिया दा मशहूर नेशनल इंस्टीट्यूट ऑफ स्पोर्ट्स यानी कि NIS मौजूद है। उस तो इलावा इत्थे कॉलेज ऑफ फिजिकल एजुकेशन जिथे कि आज असी आए हां। This college was established in 1958 ਅਤੇ ਪੂਰੇ ਨਾਰਥ ਜ਼ੋਨ ਦੇ ਅੰਦਰ ਇਹ ਆਪਣੀ ਕਿਸਮ ਦਾ ਇੱਕੋ ਹੀ ਕਾਲਜ ਹੈ ਜਿੱਥੇ ਕਿ ਫਿਜ਼ੀਕਲ ਐਜੂਕੇਸ਼ਨ ਦੇ ਟੀਚਰਸ ਬਣਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਮ ਲੈਟਸ ਚੈਟ ਵਿਦ ਦ ਸਟੂਡੈਂਟਸ। ਹੁਣ ਮੇਰੇ ਨਾਲ ਨੇ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਦੇ ਸਟੂਡੈਂਟਸ। ਬਹੁਤ ਹੀ ਸੋਹਣੇ ਮੁੰਡੇ ਨੇ। ਇਹ ਗੱਲ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਪਿੱਛੋਂ ਮੈਨੂੰ ਪ੍ਰੋਮਪਟ ਕਰ ਰਿਹਾ ਕਿ ਅਸੀਂ ਬਹੁਤ ਸੋਹਣੇ ਹਾਂ, ਪਲੀਜ਼ ਸਾਰਿਆਂ ਨੂੰ ਦੱਸੋ ਕਿ ਅਸੀਂ ਕਿੰਨੇ ਸੋਹਣੇ ਹਾਂ ਅਤੇ ਹੁਣ ਸਾਰੇ ਵੇਖ ਸਕਦੇ ਕਿ ਕਿੰਨੇ ਸੋਹਣੇ ਬੋਇਜ਼ ਨੇ। ਅੱਛਾ ਇਹ ਦੱਸੋ ਕਿ ਬਈ ਇਸ ਕਾਲਜ 'ਚ ਕਿਸ ਕਿਸਮ ਦੀ ਪੜ੍ਹਾਈ ਹੁੰਦੀ ਹੈ? ਵਾਟ ਡੂ ਯੂ ਲਰਨ ਹੇਅਰ? ਇੱਥੇ ਜੀ ਹਰੇਕ ਕਿਸਮ ਦੀ ਪੜ੍ਹਾਈ ਹੁੰਦੀ ਹੈ, ਜਿਵੇਂ ਕਿ ਖੇਡਾਂ ਬਾਰੇ, ਉਸ ਤੋਂ ਬਾਅਦ ਸਵੇਰੇ ਖੇਡਾਂ ਬਾਰੇ ਅਤੇ ਉਸ ਤੋਂ ਬਾਅਦ ਅਕੈਡਮੀ ਕਲਾਸਾਂ ਵੀ ਲੱਗਦੀਆਂ ਨੇ। ਮੇਨ ਜੋ ਰਿਲੇਟਡ ਹੈ ਗੇਮਸ ਦੇ ਨਾਲ ਰਿਲੇਟਡ ਹੈ। ਉਹ ਤੋਂ ਬਾਅਦ ਜਿਸ ਤਰ੍ਹਾਂ ਜ਼ਿਆਦਾਤਰ ਲੋਕਾਂ ਦਾ ਖਿਆਲ ਹੈ ਵੀ ਇੱਥੇ ਜੋ ਗੇਮਸ ਆ ਉਹਦੇ ਬਾਰੇ, ਲੇਕਿਨ ਗੇਮਸ ਬਾਰੇ ਉਹ ਤੋਂ ਹਟ ਕੇ ਜਿਹੜੀ ਪੜ੍ਹਾਈ ਆ ਸਾਇੰਸ ਦੇ ਨਾਲ ਰਿਲੇਟਡ, ਜੋ ਮੈਡੀਕਲ ਦੇ ਨਾਲ ਅਸੀਂ ਆਪਣੀ ਬੋਡੀ ਨੂੰ ਕਿੱਦਾਂ ਫਿੱਟ ਰੱਖਣਾ, ਕਿਹੜੇ ਕਿਹੜੇ ਬੋਡੀ ਸਿਸਟਮਸ ਨੇ, ਕਿੱਦਾਂ ਦੀ ਸਟਰਕਚਰ ਹੈ, ਜੋ ਮੇਨਸ ਇੰਜਰੀਜ਼ ਹੁੰਦੀਆਂ ਸਪੋਰਟਸ ਦੇ ਵਿੱਚ ਉਹਨਾਂ ਨੂੰ ਆਪਾਂ ਕਿੱਦਾਂ ਠੀਕ ਰੱਖ ਸਕਦੇ ਹਾਂ, ਇਹ ਸਾਰੀ ਸਟੱਡੀ ਇੱਥੇ ਕਰਵਾਈ ਜਾਂਦੀ ਹੈ। MA1 now and we have to learn about 18 to 19 games before we get the certificate of becoming teachers. So we learn all sorts of game, athletics, boxing, hockey, kabaddi, football, kho kho and all. ਜਿਹੜੀ ਪੜ੍ਹਾਈ ਹੁੰਦੀ ਹੈ ਇੱਥੇ ਫਿਜ਼ੀਕਲ ਨਾਲ ਰਿਲੇਟਡ ਹੈ ਸਾਰੀ, ਮਤਲਬ ਆਪਾਂ ਕਿਵੇਂ ਆਪਣੇ ਆਪ ਨੂੰ ਫਿੱਟ ਰੱਖਣਾ ਆਪਾਂ, ਅਤੇ ਜਿਵੇਂ ਸਾਨੂੰ ਮਤਲਬ ਗਰਾਊਂਡ 'ਚ ਆਪਾਂ ਹੁੰਦੇ ਹਾਂ, ਇੰਜਰੀਜ਼ ਵਗੈਰਾ ਹੋ ਗਈਆਂ ਜਾਂ ਹੋਰ, ਮਤਲਬ ਕਿਵੇਂ ਆਪਾਂ ਗਰਾਊਂਡ 'ਚ ਸਭ ਕੁਛ ਰਿਲੇਟਡ ਹੈ ਗਰਾਊਂਡ ਤੋਂ ਅਤੇ ਨਾਲੇ ਸਾਇੰਸ ਤੋਂ ਸਿਸਟਮਸ, ਹੋਰ ਬਾਡੀ ਸਿਸਟਮਸ। ਕਹਿਣ ਲੋਕ ਕਹਿੰਦੇ ਵੀ ਸਿਰਫ ਫਿਜ਼ੀਕਲ ਐਜੂਕੇਸ਼ਨ ਹੈ ਅਤੇ ਠੀਕ ਹੈ ਗਰਾਊਂਡ ਵਰਕ ਕਰਨਾ, ਗੇਮ ਸਿੱਖਣੀਆਂ ਨੇ, ਬਟ ਇਟਸ ਨੋਟ ਦੈਟ। ਤੁਸੀਂ ਇੱਥੇ ਕਿਸ ਕਿਸਮ ਦੀ ਪੜ੍ਹਾਈ ਕਰ? ਅਸੀਂ ਉਰੇ MA ਕਰ ਰਹੇ ਹਾਂ, MA ਫਿਜ਼ੀਕਲ। ਅਤੇ ਮਤਲਬ ਕਿਵੇਂ ਐਕਚੁਅਲੀ ਸਾਡੇ ਸਾਰਿਆਂ ਦਾ ਪ੍ਰੋਫੈਸ਼ਨ ਇਹ ਹੈ ਕਿਉਂਕਿ ਉਰੇ ਸਾਰੇ ਤਕਰੀਬਨ ਸਪੋਰਟਸਮੈਨ ਹੀ ਆਉਂਦੇ ਨੇ, ਇਸ ਕਰਕੇ ਸਾਨੂੰ। ਤੁਸੀਂ ਕੋਈ ਗੇਮ ਖੇਡਦੇ ਸੀ ਪਹਿਲਾਂ? ਪਹਿਲਾਂ ਕ੍ਰਿਕਟ ਖੇਡਦੇ ਸੀ। ਕ੍ਰਿਕਟ ਖੇਡਦੇ ਤੇ ਕਿਹੋ ਜਿਹਾ ਲੱਗਦਾ ਇੱਥੇ ਜਦੋਂ ਪੜ੍ਹਾਈ ਕਰਨੀ ਪੈਂਦੀ ਹੈ ਫਿਜ਼ੀਕਲ ਐਜੂਕੇਸ਼ਨ ਦੀ, ਮਤਲਬ ਖੇਡਣਾ ਅਲੱਗ ਹੁੰਦਾ ਹੈ, ਪੜ੍ਹਨਾ ਅਲੱਗ ਹੁੰਦਾ ਹੈ, ਤੇ ਕਿਹੋ ਜਿਹਾ ਲੱਗਦਾ? ਵਧੀਆ ਲੱਗਦਾ ਹੈ। ਹਾਂ ਪਹਿਲਾਂ ਵੀ ਉਰੇ ਇੱਕ ਤਾਂ ਸਭ ਤੋਂ ਪਹਿਲੀ ਗੱਲ ਹੈ ਵੀ ਉਰੇ ਮਾਹੌਲ ਬਹੁਤ ਵਧੀਆ ਫਿਜ਼ੀਕਲ ਦਾ। ਪਹਿਲਾਂ ਸਵੇਰੇ ਐਕਟੀਵਿਟੀ ਲੱਗਦੀ ਹੈ, ਫਿਰ ਥਿਊਰੀ, ਫਿਰ ਵੀ ਥੋੜ੍ਹਾ ਔਖਾ ਤਾਂ ਹੈਗਾ ਪਰ ਫਿਰ ਵੀ ਕਰਦੇ ਹਾਂ। ਤੁਸੀਂ ਕਿਹੜੀ ਗੇਮ ਖੇਡਦੇ ਹੋ? ਵਿਚ ਇਜ਼ ਯੋਰ ਗੇਮ? ਮਾਈ ਗੇਮ ਇਜ਼ ਹੈਂਡਬਾਲ। ਮੇਰੀ ਹੈਮਤ ਥਰੋ ਐਥਲੈਟਿਕਸ। ਤੇ ਕਿਹੋ ਜਿਹਾ ਲੱਗਦਾ ਇੱਥੇ ਪੜ੍ਹਾਈ ਇਸ ਕਾਲਜ 'ਚ? ਤੁਸੀਂ ਇੱਥੇ ਪੜ੍ਹਾਈ ਜੋ ਨਹੀਂ ਕਰਦੇ ਬਹੁਤ ਵਧੀਆ ਲੱਗ ਰਿਹਾ, ਪਰ ਆਪਣੀ ਜਿਹੜੀ ਲਾਈਫ ਹੈ ਬਹੁਤ ਬਿਜ਼ੀ ਹੈ। ਮਾਈ ਗੇਮ ਇਜ਼ ਸਾਈਕਲਿੰਗ। ਹਾਂ ਐਂਡ ਹੇਅਰ ਆਈ ਹੈਵ ਲਰਨਡ ਮੋਰ ਦੈਨ ਸਾਈਕਲਿੰਗ। ਆਈ ਐਕਚੁਅਲੀ ਵੀ ਆਰ ਗਿਵਨ ਸਰਟੀਫਿਕੇਟ ਫੋਰ ਦ ਆਈ ਡਿਡ ਡਿਪਲੋਮਾ ਬਿਫੋਰ ਦਿਸ। ਕਿਸ ਕਿਸਮ ਦੀ ਤੁਹਾਡੀ ਰੂਟੀਨ ਹੈ? ਤੁਸੀਂ ਸਵੇਰੇ ਕਾਲਜ ਆਉਂਦੇ ਹੋ ਅਤੇ ਕਿਸ ਕਿਸਮ ਦੀ ਰੂਟੀਨ ਫੋਲੋ ਕਰਦੇ ਹੋ? ਬਹੁਤ ਹੀ ਇੱਥੇ ਬਿਜ਼ੀ ਰੂਟੀਨ ਹੈ ਆਪਾਂ ਸਵੇਰੇ, ਸਾਨੂੰ ਸਵੇਰੇ 5:30 ਉੱਠਣਾ ਪੈਂਦਾ ਅਤੇ ਸਾਡੀ ਜਿਹੜੀ ਫਸਟ ਕਲਾਸ ਹੈ ਪ੍ਰੈਕਟੀਕਲਸ ਦੀ ਸਵੇਰੇ 6:00 ਹੁੰਦੀ ਹੈ, ਅਤੇ 6:00 ਤੋਂ ਲੈ ਕੇ 8:00 ਤੱਕ ਸਾਨੂੰ ਗਰਾਊਂਡ 'ਚ, ਮਤਲਬ ਆਪਾਂ ਸਾਨੂੰ ਗਰਾਊਂਡ ਵਰਕ ਕਰਨਾ ਪੈਂਦਾ ਹੈ। ਐਕਟੀਵਿਟੀ ਲਾਈਕ ਗੇਮਸ ਐਂਡ ਆਲ, ਮਾਸ ਪੀਟੀ, ਰਨਿੰਗ, ਸਪ੍ਰਿੰਟਸ, ਜੋ ਕੁਛ ਵੀ ਸ਼ਡਿਊਲ ਮੇ ਹੋਤਾ ਹੈ। ਸਵੇਰੇ ਵੀ ਐਕਟੀਵਿਟੀ ਜਾਣਾ ਪੈਂਦਾ, ਫਿਰ ਥਿਊਰੀ ਕਲਾਸ, ਫਿਰ ਸ਼ਾਮ ਨੂੰ ਫਿਰ ਐਕਟੀਵਿਟੀ। ਯਾਨੀ ਕਿ ਬੜੀ ਟਫ ਹੈ ਸਟੱਡੀ ਦੇ ਨਾਲ ਖੇਡਣਾ, 5 ਗੇਮਾਂ ਹਰ ਰੋਜ਼ ਕਰਨੇ ਆ, 6:00 ਆਪਣੇ ਆਪਣੀ ਜਿਹੜੀ ਐਕਸਟਰਾ ਗੇਮ ਹੈ ਸਾਡੀ ਹੈਮਰ ਥਰੋ, ਜਿਸ ਤਰ੍ਹਾਂ ਹੈਂਡਬਾਲ ਹੈ, ਕਿਸੇ ਦੀ ਵੀ ਉਹ ਕਰਨੀ ਪੈਂਦੀ ਹੈ। ਇਸ ਕਰਕੇ ਇੰਨੀ ਜ਼ਿਆਦਾ ਥਕਾਵਟ ਹੋ ਜਾਂਦੀ ਕਿ ਰਾਤ ਨੂੰ ਪਤਾ ਹੀ ਨਹੀਂ ਲੱਗਦਾ ਉੱਤੇ ਕਿੱਥੇ ਪਏ ਹਾਂ। ਈਵਨਿੰਗ ਮੇ ਹਮਾਰੇ ਮਤਲਬ ਯਹੀ ਹੋਤੇ ਹੈ, ਫਿਰ ਸੇ ਚੇਂਜ ਹੋਤੀ ਹੈ, ਮਾਰਨਿੰਗ ਸੇ ਈਵਨਿੰਗ ਸ਼ਿਫਟ ਚੇਂਜ ਹੋਤੀ ਹੈ। ਇਸ ਮੇ ਡਿਫਰੈਂਟ ਟਾਈਪਸ ਕੀ ਐਕਟੀਵਿਟੀ ਹੋਤੀ ਹੈ ਮਾਰਨਿੰਗ ਸੇ। ਐਵਰੀ ਕਾਇੰਡ ਆਫ ਐਕਟੀਵਿਟੀਜ਼ ਅਤੇ ਹਰ ਇੱਕ ਕਾਇੰਡ ਦੀਆਂ ਐਕਸਰਸਾਈਜ਼ ਸਾਨੂੰ ਕਰਾਈਆਂ ਜਾਂਦੀਆਂ ਨੇ, ਲਾਈਕ ਡੰਬਲਸ, ਅਤੇ ਜਿਵੇਂ ਐਵਰੀ ਗੇਮ ਜਿਵੇਂ ਬਾਸਕਿਟਬਾਲ, ਵਾਲੀਬਾਲ, ਕ੍ਰਿਕਟ, ਦਿਸ ਇੰਡੋਰ ਗੇਮਸ, ਆਲ ਗੇਮਸ, ਹਰ ਇੱਕ ਐਕਟੀਵਿਟੀ ਦੇ ਅਕੋਰਡਿੰਗ ਸਾਨੂੰ ਰੋਟੇਟ ਕੀਤਾ ਜਾਂਦਾ। ਜਸਟ ਲਾਈਕ ਵੀ ਆਰ ਸਟੱਡਿੰਗ MPED ਹੇਅਰ, ਓਕੇ, ਤਾਂ MPED ਜਾਂ DPED ਸਾਨੂੰ ਇਹੀ ਸਿਖਾਇਆ ਜਾਂਦਾ ਕਿ ਹਰ ਇੱਕ ਗੇਮ ਨੂੰ ਅਸੀਂ ਕਿੱਦਾਂ ਟੈਕਲ ਕਰਨਾ। ਹਰ ਇੱਕ ਮੀਨਸ ਬੀਇੰਗ ਅ ਟੀਚਰ ਇਨ ਆਰ ਫਿਊਚਰ ਲਾਈਫ, ਅਸੀਂ ਬੀਇੰਗ ਅ ਟੀਚਰ ਕਿੱਦਾਂ ਹਰ ਇੱਕ ਗੇਮ ਕਿਸੇ ਬੱਚੇ ਨੂੰ ਕੋਚ ਕਰਨਾ ਜਾਂ ਟੀਚ ਕਰਨਾ, ਇਹੀ ਇਸ ਕਾਲਜ ਦੀ ਸਪੈਸ਼ਲਿਟੀ ਹੈ ਕਿ ਹਰ ਇੱਕ ਗੇਮ ਸਾਨੂੰ ਸਿਖਾਈ ਜਾਂਦੀ ਹੈ।